ਵਿੱਚ ਡਰੋਨ ਰੱਖੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੇ BSF 103 BN ਅਮਰਕੋਟ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ। ਸੋ ਡਰੋਨ DJI ਮੈਵਿਕ ਕਲਾਸਿਕ 3 ਸਮੇਤ 498 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਨਤੀਜੇ ਵਜੋਂ ਏਅਰਕ੍ਰਾਫਟ ਤੇ NDPS ਐਕਟ PS ਖਾਲੜਾ ਤਹਿਤ ਮਾਮਲਾ ਦਰਜ ਕੀਤਾ ਗਿਆ। ਸੋ BSF ਦੇ ਹਮਰੁਤਬਾ ਅਤੇ ਪੰਜਾਬ ਪੁਲਿਸ ਨੇ ਹੋਰ ਬਰਾਮਦ ਕਰਨ ਦੇ ਲਈ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਹੈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਡਰੋਨ ਗਤੀਵਿਧੀ ਦੇ ਵਿੱਚ ਸ਼ਾਮਿਲ ਮੁਲਜ਼ਮਾਂ ਦਾ ਪਤਾ ਲਗਾਉਣ ਦੇ ਲਈ ਖੁਫੀਆ ਅਤੇ ਵਿਗਿਆਨਿਕ ਜਾਂਚ ਕਰ ਰਹੀ ਹੈ। ਦੇਖੋ, ਬਾਰਡਰ 'ਤੇ ਜਿਹੜੀ ਦਿਨ ਪ੍ਰਤੀ ਦਿਨ ਜਿਹੜੀ ਆ ਸਖਤਾਈ ਆ, ਉਹ ਮਾਨਯੋਗ DGP ਸਾਹਿਬ ਸ਼੍ਰੀ ਗੌਰਵ ਯਾਦਵ IPS, ਸ਼੍ਰੀ ਅਸ਼ਵਨੀ ਕਪੂਰ SSP ਤਰਨ ਤਾਰਨ, ਇਹਨਾਂ ਦੀਆਂ ਹਦਾਇਤਾਂ 'ਤੇ ਜਿਹੜੀ ਆ ਉਹ ਬਾਰਡਰ ਦੇ ਉੱਤੇ ਕਾਫੀ ਸਖਤਾਈ ਜਿਹੜੀ ਆ ਵਧਾਈ ਗਈ ਹੈ। ਉਹਦਾ ਨਤੀਜਾ ਹੋ ਰਿਹਾ ਕਿ ਨਿੱਤ ਜਿਹੜੀਆਂ ਬਰਾਮਦਗੀਆਂ ਹੋ ਰਹੀਆਂ ਨੇ। ਸੋ ਜਿੱਥੇ ਕੱਲ੍ਹ ਇੱਕ ਖੇਮ ਕਰਨ ਦੇ ਵਿੱਚ ਜਿਹੜੀ ਬਰਾਮਦਗੀ ਹੋਈ ਸੀ, ਇੱਕ ਜਿਹੜੀ ਬੋਤਲ ਮਿਲੀ ਸੀ ਅਤੇ ਨਾਲ ਜਿਹੜੀ 500 ਗ੍ਰਾਮ ਦੇ ਕਰੀਬ ਹੈਰਨ ਬਰਾਮਦ ਹੋਈ ਸੀ, ਉਸੇ ਲੜੀ ਦੇ ਵਿੱਚ ਅੱਜ ਜਿਹੜੀ ਥਾਣੇ ਖਾਲੜਾ ਪੁਲਿਸ ਨੂੰ ਵੀ ਜਿਹੜੀ ਹੈ ਸਫਲਤਾ ਹਾਸਲ ਹੋਈ ਹੈ। ਅਤੇ ਇੱਕ ਜਿਹੜਾ ਸਾਂਝਾ ਸਰਚ ਓਪਰੇਸ਼ਨ ਹੈ BSF ਅਤੇ ਪੰਜਾਬ ਪੁਲਿਸ ਵੱਲੋਂ ਚਲਾਇਆ ਗਿਆ। ਜਿਹੜੀ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਡਰੋਨ ਅਤੇ ਉਹਦੇ ਨਾਲ ਕੋਈ ਅਵੈਧ ਚੀਜ਼ ਜਿਹੜੀ ਆ ਉਹ ਡਿੱਗੀ ਪਈ ਹੈ। ਜਦੋਂ ਜਾ ਕੇ ਉਹਨੂੰ ਸਾਂਝੇ ਸਰਚ ਓਪਰੇਸ਼ਨ ਦੌਰਾਨ ਚੈੱਕ ਕੀਤਾ ਗਿਆ ਅਤੇ ਬਲਜੀਤ ਸਿੰਘ ਸਾਨੋ, ਗੁਰਚਰਨ ਸਿੰਘ ਜਿਹੜੇ ਵਾਂ ਤਾਰਾ ਸਿੰਘ ਦੇ ਰਹਿਣ ਵਾਲੇ ਨੇ, ਇਹਦੇ ਖੇਤਾਂ ਦੇ ਵਿੱਚੋਂ ਇੱਕ ਡਰੋਨ ਜਿਹੜਾ DJI ਮੈਵਿਕ 3 ਕਲਾਸਿਕ ਅਤੇ ਨਾਲ 498 ਗ੍ਰਾਮ ਜਿਹੜੀ ਆ ਹੈਰੋਇਨ ਰਿਕਵਰ ਹੋਈ। ਜੇ ਇਹਨੂੰ ਪੈਕਿੰਗ ਮਟੀਰੀਅਲ ਦੀ ਗੱਲ ਕਰੀਏ ਤਾਂ 564 ਗ੍ਰਾਮ ਸੀ। ਸੋ ਇਸ ਸੰਬੰਧੀ ਇਹਨੂੰ ਜਿਹੜੀ ਇਹਦੀ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਇਹਦੀ ਜਿਹੜੀ ਆ FIR ਨੰਬਰ 98 ਡੇਟਡ 31/7/24 ਅੰਡਰ ਸੈਕਸ਼ਨ 21C 10-11-12 ਏਅਰਕ੍ਰਾਫਟ ਐਕਟ ਥਾਣਾ ਖਾਲੜਾ ਵਿਖੇ ਦਰਜ ਰਜਿਸਟਰ ਕਰ ਰਿਹਾ। ਅਤੇ ਇਹਦੀ ਹਰ ਇੱਕ ਟੈਕਨੀਕਲ ਜਿਹੜੀ ਆ ਤਰੀਕਿਆਂ ਦੇ ਨਾਲ ਤਫਤੀਸ਼ ਕੀਤੀ ਜਾਊਗੀ। ਮੈਂ ਹਰੇਕ ਵਾਰੀ ਕਹਿੰਦਾ ਹੁੰਦਾ ਕਿ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਨੇ ਉਹ ਇਸ ਧੰਦਿਆਂ ਦੇ ਵਿੱਚੋਂ ਬਾਜ਼ ਆ ਜਾ, ਨਹੀਂ ਤਾਂ ਉਹ ਫੜੇ ਜਾਣਗੇ।